ਸਾਡੇ ਲਈ ਬੜੀ ਮਾਣ ਦੀ ਗੱਲ ਹੈ ਅੱਜ ਸਾਡੇ ਨਾਲ ਸਾਡੇ ਸਟੂਡੀਓ ਵਿੱਚ ਟੋਰਾਂਟੋ ਵਿੱਚ ਰਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਤੇ ਗਾਇਕ ਸਰਦਾਰ ਹਜ਼ਾਰਾ ਸਿੰਘ ਰਮਤਾ ਸਾਡੇ ਨਾਲ ਹਾਜ਼ਰ ਹਨ ਅਸੀਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਹਾਂ ਰਮਤਾ ਜੀ ਸਟੂਡੀਓ 'ਚ ਆਉਣ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਮਿਹਰਬਾਨੀ ਜੀ ਤੁਸੀਂ ਯਾਦ ਕੀਤਾ ਅਸੀਂ ਹਾਜ਼ਰ ਹੋ ਗਏ ਹਾਂ ਰਮਤਾ ਜੀ ਟੋਰਾਂਟੋ 'ਚ ਰਹਿੰਦੇ ਹਾਂ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ 15 ਸਾਲ ਹੋ ਗਏ ਅੱਛਾ ਤੇ ਤੁਸੀਂ ਸ਼ਾਇਰੀ ਤੋਂ ਤੇ ਗਾਇਕੀ ਤੋਂ ਸੰਨਿਆਸ ਹੀ ਲੈ ਲਿਆ ਸੀ ਤੇ ਆ ਤੁਹਾਡਾ ਨਵਾਂ ਜਿਹੜਾ ਰਿਕਾਰਡ ਤੁਸੀਂ ਬਣਾਇਆ ਰਮਤਾ ਕੈਨੇਡਾ 'ਚ ਇਹ ਸੰਨਿਆਸ 'ਚੋਂ ਬਾਹਰ ਕਿੱਦਾਂ ਨਿਕਲੇ ਤੁਸੀਂ ਉਹ ਸੰਨਿਆਸ ਦਾ ਇਸ ਤਰ੍ਹਾਂ ਸੀ ਕਿ ਥੋੜ੍ਹਾ ਜਿਹਾ ਕਬੀਲਦਾਰੀ ਵੀ ਹੁੰਦੀ ਹੈ ਕਿਉਂਕਿ ਇੰਡੀਅਨ ਆਰਟਿਸਟ ਆ ਨਾ ਪੰਜਾਬੀ ਦਾ ਹੁਣ ਗੋਰਿਆਂ ਦਾ ਆਰਟਿਸਟ ਹੁੰਦਾ ਤੇ ਇੱਕ ਰਿਕਾਰਡ ਵਿਕ ਜਾਏ ਤੇ ਮਿਲੀਅਨਰ ਬੰਦਾ ਹੋ ਜਾਂਦਾ ਜੀ ਤੋ ਸਾਡੇ ਰਿਕਾਰਡ ਤੇ ਉਹ ਇੱਕ ਰਿਕਾਰਡ ਖਰੀਦ ਲਿਆ ਤੇ ਬਾਕੀ ਕਹਿੰਦੇ ਵੀ ਇਹਦੀ ਟੇਪ ਕਰਕੇ ਮੈਨੂੰ ਭੇਜ ਦਿਆ ਜੇ ਰਿਕਾਰਡ ਕਾਹਨੂੰ ਖਰੀਦਣਾ ਹਾਂ ਕੱਟੇ ਹੀ ਖਰੀਦਦੇ ਆ ਹਾਂਜੀ ਤੇ ਇਸ ਹਿਸਾਬ ਨਾਲ ਫਿਰ ਕਬੀਲਦਾਰੀ ਵੀ ਕਰਨੀ ਪੈਂਦੀ ਹੈ ਹਾਂਜੀ ਤੋ ਦੁਬਾਰਾ ਰਿਕਾਰਡ ਚਾਹੁੰਦਾ ਕਿਉਂਕਿ ਮੈਂ 15 ਸਾਲ ਤੋਂ ਗਾਣੇ ਇੱਕ ਕਿਤਾਬ ਲਿਖੀ ਸੀਰੀਅਸ ਤੇ ਇੱਕ ਹਾਸੇ ਦੀ ਜੀ ਤੇ ਉਹ ਫਿਰ ਸਾਰੇ ਸੱਜਣਾਂ ਨੇ ਜਿਵੇਂ ਇਕਬਾਲ ਸਾਹਿਬ ਇਕਬਾਲ ਮਾਲ ਤੇ ਤੁਸੀਂ ਵੀ ਸੋਚਦੇ ਸੋ ਵੀ ਸ਼ਾਇਦ ਮਾਰੀ ਨਾ ਜਾਏ ਜਲਦੀ ਰਿਕਾਰਡ ਕਰਾ ਲਓ ਸਾਰਿਆਂ ਮਤਲਬ ਸਲਾਹ ਕਰਕੇ ਜ਼ੋਰ ਪਾ ਕੇ ਤੁਸਾਂ ਲੋਕਾਂ ਨੇ ਜਾਂ ਇਕਬਾਲ ਮਾਲ ਨੇ ਵੀ ਫਟਾਫਟ ਰਿਕਾਰਡ ਹੀ ਕਰਾ ਲਓ ਕਿਤੇ ਬੁੜਾ ਚੱਲਦਾ ਹੀ ਨਹੀਂ ਰਮਤਾ ਜੀ ਤੁਸੀਂ ਇੱਕ ਹਾਸਰਸ ਹਾਸੇ ਦੇ ਸ਼ਾਇਰ ਹੋ ਹਾਂਜੀ ਤੁਸੀਂ ਇਹ ਹਾਸੇ ਦੇ ਵਿੱਚ ਸੰਜੀਦਗੀ ਵੀ ਹੈ ਔਰ ਬੜੀਆਂ ਕਰਾਰੀਆਂ ਜ਼ਿੰਦਗੀ ਨਾਲ ਟੁਕਮੀਆਂ ਗੱਲਾਂ ਕਰਦੇ ਹੋ ਇੱਧਰ ਨੂੰ ਤੁਹਾਡਾ ਰੁਝਾਨ ਕਿੱਦਾਂ ਹੋਇਆ ਹਾਸੇ ਦਾ ਦਰਸ ਐਕਚੁਅਲੀ ਜਦੋਂ ਮੈਂ ਪੜ੍ਹਦਾ ਨਾ ਛੋਟਾ ਤੇ ਐਕਚੁਅਲੀ ਮੈਂ ਸ਼ਿੰਗਾਰਸ ਦਾ ਸ਼ਾਇਰ ਸਾਂ ਅਲੀਗੜ੍ਹ ਯੂਨੀਵਰਸਿਟੀ ਤੁਹਾਨੂੰ ਪਤਾ ਵੀ ਉੱਥੇ ਇਸ਼ਕੀ ਗੱਲਬਾਤ ਹੁੰਦੀ ਸਾਰੀ ਫਿਰ ਮੈਂ ਸੋਚਿਆ ਕਿ ਪੰਜਾਬੀ ਦੇ ਸ਼ਾਇਰ ਕਿਉਂਕਿ ਮੈਂ ਪੰਜਾਬੀ ਹਾਂ ਤੇ ਪੰਜਾਬੀ ਦੇ ਸ਼ਾਇਰ ਬਣਨਾ ਚਾਹੀਦਾ ਫਿਰ ਪੰਜਾਬੀ ਦੀ ਮੈਂ ਸਟੱਡੀ ਕੀਤੀ ਗਿਆਨੀ ਤੋਂ ਬਾਅਦ ਕਾਵਿ ਅਲੰਕਾਰ ਕੀਤਾ ਤੇ ਜਦੋਂ ਉਹ ਫਿਰ ਮੈਂ ਪੰਜਾਬੀ ਦੀ ਸਟੱਡੀ ਕੀਤੀ ਤੇ ਪੰਜਾਬੀ ਦੇ ਸ਼ਾਇਰ ਬੜੇ ਘੱਟ ਸਨ ਵੈਸੇ ਹਰ ਜ਼ਬਾਨ 'ਚ ਸ਼ਾਇਰ ਘੱਟ ਹੁੰਦੇ ਨੇ ਕਿਉਂਕਿ 200-300 ਸਾਲ ਬਾਅਦ ਹਾਸੇ ਦਾ ਸ਼ਾਇਰ ਹੁੰਦਾ ਤੇ ਮੈਂ ਕਿਹਾ ਵੀ ਇਸੇ ਪਾਸੇ ਇਸੇ ਕਿਸਮ ਦਾ ਸ਼ਾਇਰ ਹੋਣਾ ਚਾਹੀਦਾ ਜਿਹੜਾ ਕਿ ਕਮ ਸੋ ਕਮ ਇਸ ਸਦੀ 'ਚ ਕੋਈ ਲਾਗੇ ਨਾ ਆ ਸਕੇ ਤੇ ਫਿਰ ਮੈਂ ਹਾਸੇ ਵੱਲ ਹੀ ਜ਼ਿਆਦਾ ਖਿਆਲ ਕੀਤਾ ਵੈਸੇ ਆਪਣੇ ਜਿਹੜੇ ਦੂਸਰੇ ਨਾਵਾਂ ਪਰ ਹਾਸੇ ਦੇ ਸ਼ਾਇਰ ਹੋਏ ਆ ਭਾਈ ਐਸ਼ਰ ਸਿੰਘ ਜੀ ਉਸ ਤੋਂ ਪਹਿਲੇ ਸੁਥਰੇ ਸੁਥਰਾ ਜੀ ਹੋਏ ਨੇ ਐਸ ਐਸ ਸ਼ਹੀਦ ਦੇ ਨਾਂ ਤੇ ਸੁਥਰਾ ਜੀ ਨੇ ਪਹਿਲੇ ਸ਼ਾਇਰ ਹੋਏ ਨੇ ਤੇ ਉਸ ਤੋਂ ਬਾਅਦ ਭਾਈ ਐਸ਼ਰ ਸਿੰਘ ਜੀ ਬਹੁਤ ਅੱਛੇ ਉਸਤਾਦ ਸ਼ਾਇਰ ਹੋਏ ਨੇ ਤੇ ਤੀਸਰਾ ਮੈਂ ਹਾਂ ਔਰ ਤੁਹਾਡੇ ਸਾਹਮਣੇ ਅਜੇ ਜੀਣਾ ਬੜੀ ਖੁਸ਼ੀ ਦੀ ਗੱਲ ਹੈ ਪੰਜਾਬ ਦੇ ਆਪਣੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਜਾ ਉਹਦੇ ਵਿੱਚ ਲੱਚਰ ਗੀਤਾਂ ਨੇ ਬੜੀ ਜਗ੍ਹਾ ਲੈ ਲਈ ਆ ਔਰ ਪਤਾ ਨਹੀਂ ਇਹ ਤੋਂ ਸਾਡਾ ਕਦੋਂ ਛੁਟਕਾਰਾ ਹੋਵੇ ਤੁਹਾਡਾ ਇਹਦੀ ਬਾਬਤ ਕੀ ਵਿਚਾਰ ਹੈ ਉਹ ਦਰਅਸਲ ਜਿਉਂ ਜਿਉਂ ਜ਼ਮਾਨਾ ਬਦਲਦਾ ਹੈ ਨਾ ਸ਼ਾਇਰੀ ਵੀ ਇਸ ਤਰ੍ਹਾਂ ਬਦਲਦੀ ਹੈ ਮਿਊਜ਼ਿਕ ਵੀ ਬਦਲਦਾ ਹੈ ਹੁਣ ਜਿਹੜੇ ਸ਼ਾਇਰ ਵੀ ਜ਼ਿਆਦਾ ਨੇ ਮਿਊਜ਼ਿਕ ਵੀ ਕਈ ਕਿਸਮ ਦੇ ਨੇ ਔਰ ਉਹ ਸੋਚਦੇ ਨੇ ਕਿ ਸਾਡੇ ਗੀਤ ਵੇਖਣ ਆਰਟਿਸਟ ਜਿਹੜੇ ਗਾਉਣ ਵਾਲੇ ਨੇ ਉਹ ਵੀ ਸੋਚਦੇ ਨੇ ਕਿ ਸਾਡਾ ਨਾਂ ਜਲਦੀ ਤੋਂ ਜਲਦੀ ਹੋ ਜਾਏ ਉਹ ਲੋਕਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰਨ ਵਾਸਤੇ ਉਸ ਹੋਰ ਤਾਂ ਕੋਈ ਹਿਸਾਬ ਨਹੀਂ ਫਿਰ ਇਹੋ ਜਿਹੇ ਗਾਣੇ ਲਿਖਦੇ ਨੇ ਤਾਂ ਕਿ ਗਾਣੇ ਵੀ ਵਿਕਣ ਅਤੇ ਸਾਡਾ ਨਾਮ ਹੀ ਚੱਲੇ ਵੈਸੇ ਇਹ ਚੀਜ਼ ਪੱਛਮੀ ਪੰਜਾਬ 'ਚ ਪਾਕਿਸਤਾਨੀ ਪੰਜਾਬ ਨਹੀਂ ਉਹ ਉਹਨਾਂ ਨੇ ਉਹ ਬੜੇ ਸੁਲਝੇ ਹੋਏ ਲੋਕ ਨੇ ਮੈਂ ਸਮਝਦਾ ਵੀ ਸਾਨੂੰ ਵੀ ਉਹਨਾਂ ਤੋਂ ਕੋਈ ਸੇਧ ਲੈਣੀ ਚਾਹੀਦੀ ਹਾਂਜੀ ਪਾਕਿਸਤਾਨ ਦੇ ਪੰਜਾਬੀ ਨੇ ਉਹਨਾਂ 'ਚੋਂ ਕੋਈ ਇਹੋ ਜਿਹੀ ਪੋਇਟਰੀ ਉਹਨਾਂ ਦੀ ਨਹੀਂ ਅਜੇ ਤੱਕ ਸੁਣੀ ਗਈ ਅੱਛਾ ਰਮਤਾ ਜੀ ਤੁਸੀਂ ਅੱਜ ਕੱਲ੍ਹ ਕੋਈ ਨਵੀਂ ਕਵਿਤਾ ਲਿਖੀ ਹੋਵੇ ਤੇ ਦੱਸੋ ਕੀ ਲਿਖ ਰਹੇ ਹੋ ਅੱਜ ਕੱਲ੍ਹ ਤੁਸੀਂ ਤੇ ਉਹ ਸਾਡੇ ਦਰਸ਼ਕਾਂ ਨੂੰ ਸੁਣਾਓ ਹਾਂਜੀ ਕਵਿਤਾ ਤੇ ਵੈਸੇ ਮੈਂ ਲਿਖ ਰਿਹਾ ਕਾਫੀ ਪਰ ਇੱਕ ਮੈਂ ਆਪਣੀ ਸ਼ਾਇਰੀ ਦੇ ਹਿਸਾਬ ਨਾਲ ਇੱਕ ਗੀਤ ਨਗਮੇ ਦੇ ਤੌਰ ਤੇ ਲਿਖਿਆ ਸੀ ਉਹ ਗੁਰੂ ਚਾਹੁੰਦੇ ਉੱਥੇ ਮੈਂ ਸੁਣਾ ਦੇਣਾ ਜ਼ਰੂਰ ਮੈਂ ਸਮਝਾਂਗਾ ਵੀ ਸਾਡੇ ਦਰਸ਼ਕ ਬੜੇ ਖੁਸ਼ ਹੋਣਗੇ ਉਸ ਗੀਤ ਨੂੰ ਸੁਣਨਗੇ ਹਾਂਜੀ ਕਾਗਜ਼ ਚੁੱਕ ਲਵਾਂ ਹਾਂਜੀ ਐਕਸਕਿਊਜ਼ ਮੀ ਇਸ ਇਹਦਾ ਨਾਂ ਹੈ ਕਵਿਤਾ ਰਾਣੀ ਅੱਛਾ ਜੀ ਇਹਦੇ 'ਚ ਲਿਖਿਆ ਹੈ ਜਿਉਂਦੀ ਰਹਿ ਮੇਰੀ ਕਵਿਤਾ ਰਾਣੀ ਜਿਸ 'ਚੋਂ ਡੁੱਲ ਡੁੱਲ ਪੈਂਦੇ ਹਾਸੇ ਵਾਹ ਵਾਹ ਖਿੜ ਖਿੜ ਪੈਂਦੀਆਂ ਨੇ ਮੁਸਕਾਨਾਂ ਵਾਹ ਮੁਸਕਾਨ ਜਿਹੜੀ ਉਹਦੀ ਆਵਾਜ਼ ਨਹੀਂ ਆਉਂਦੀ ਖਿੜ ਖਿੜ ਪੈਂਦੀਆਂ ਨੇ ਮੁਸਕਾਨਾਂ ਹੱਸ ਹੱਸ ਫੁੱਲ ਜਾਣ ਵੱਖੀਆਂ ਪਾਸੇ ਵਾਹ ਵਾਹ ਭਾਵੇਂ ਰਾਜ ਕਵੀ ਨਹੀਂ ਬਣਿਆ ਅਮਰ ਰਹੂ ਪਰ ਕਵਿਤਾ ਮੇਰੀ ਬਣਿਆ ਨਹੀਂ ਸਰਕਾਰੀ ਚਮਚਾ
ਰੁਤਬੇ ਮੰਗੇ ਨਹੀਂ ਫੜ ਕਾਸੇ। ਹਾਂਜੀ, ਸ਼ਾਇਰ ਕਦੇ ਗੁਲਾਮ ਨਾ ਰਹਿੰਦੇ, ਹਾਂਜੀ, ਭੁੱਖ ਨੰਗ ਵਿੱਚ ਮਸਤੀ ਮਾਰਨ, ਵਾਹ ਵਾਹ ਵਾਹ, ਮੇਰੇ ਵਰਗੇ ਬਹੁਤ ਅੱਛੇ ਆ ਮੁਕਰਰ ਜੀ, ਇੱਕ ਵਾਰੀ ਫੇਰ ਕੇ, ਸ਼ਾਇਰ ਕਦੇ ਗੁਲਾਮ ਨਾ ਰਹਿੰਦੇ, ਹਾਂਜੀ, ਭੁੱਖ ਨੰਗ ਵਿੱਚ ਮਸਤੀ ਮਾਰਨ, ਲੀਰਾਂ ਵਿੱਚੋਂ ਲਾਲ ਲਿਸ਼ਕਦੇ, ਹਾਂਜੀ, ਕਲਮ ਸਹਾਰੇ ਕਲਮ ਦਲਾਸੇ, ਮਿੱਟੀ ਦੇ ਮਾਧੋ ਸਰਕਾਰੀ। ਹਾਂਜੀ, ਉਹਨਾਂ ਵਿਚਾਰਿਆਂ ਕੀ ਪਤਾ, ਹਾਂਜੀ, ਸ਼ਾਇਰੀ ਕੀ ਚੀਜ਼ ਹੈ, ਮਿੱਟੀ ਦੇ ਮਾਧੋ ਸਰਕਾਰੀ, ਕੀ ਜਾਣਨ ਕਵਿਤਾ ਦਾ ਸੋਹਲਪਨ, ਵਾਰਸ ਵਰਗੇ ਨੂਰਪੁਰੀ ਸ਼ਿਵ, ਵਾਰਸ ਵਰਗੇ ਨੂਰਪੁਰੀ ਸ਼ਿਵ, ਕਦਰ ਪਈ ਛੱਡ ਗਏ ਜਾਂ ਸਵਾਸੇ। ਹਾਂ ਹਾਂ, ਦੋਨਾਂ ਪੰਜਾਬਾਂ ਵਾਸਤੇ ਹੈ, ਪਾਕਿਸਤਾਨ ਵਾਸਤੇ, ਹਿੰਦੁਸਤਾਨ ਦੇ ਪੰਜਾਬ ਵਾਸਤੇ। ਅੱਛਾ, ਜ਼ਿੰਦਾਬਾਦ ਪੰਜਾਬ ਦੀ ਧਰਤੀ, ਪੰਜਾਬੀ ਪੰਜਾਬ ਦੀ ਬੋਲੀ, ਕਿਆ ਬਾਤ ਹੈ, ਕਿਆ ਭਾਵੇਂ ਉਹ ਪੰਜਾਬ ਵੰਡਿਆ ਗਿਆ ਹੈ, ਹਾਂਜੀ, ਲੇਕਿਨ ਉਹ ਵੀ ਸਾਡੇ ਭਰਾ ਨੇ, ਹਾਂਜੀ, ਹਾਂ, ਜ਼ਿੰਦਾਬਾਦ ਪੰਜਾਬ ਦੀ ਧਰਤੀ, ਪੰਜਾਬੀ ਪੰਜਾਬ ਦੀ ਬੋਲੀ, ਰਿਓੜੀ ਵਾਂਗ ਕੜਾਕੇਦਾਰ ਤੇ ਮਿੱਠੀ ਏ ਵਾਂਗ ਪਤਾਸੇ, ਬਹੁਤ ਅੱਛਾ, ਹਾਂਜੀ, ਪੰਜ ਦਰਿਆਵਾਂ ਦਾ ਇਹ ਅੰਮ੍ਰਿਤ, ਮਖਤਾਰਸ ਕਰਿਆ ਜੀ, ਬਹੁਤ ਅੱਛਾ, ਪੰਜ ਦਰਿਆਵਾਂ ਦਾ ਇਹ ਅੰਮ੍ਰਿਤ, ਰਮਤੇ ਰਾਮਾ ਅਤ ਸਵਾਦੀ, ਜਿੰਨਾ ਪੀਤਾ ਓਨਾ ਥੋੜਾ, ਹੋਰ ਪਿਆਓ ਅਜੇ ਪਿਆਸੇ। ਵਾਹ ਵਾਹ, ਬਹੁਤ ਖੂਬ, ਜਿਉਂਦੀ ਰਹਿ ਮੇਰੀ ਕਵਿਤਾ ਰਾਣੀ। ਵਾਹ ਵਾਹ, ਬਹੁਤ ਅੱਛੀ ਰਮਤਾ ਜੀ। ਅੱਛਾ, ਹੁਣ ਆਪਾਂ ਆਉਂਦੇ ਹਾਂ ਵੀ ਪੰਜਾਬੀ ਦਾ ਕੀ ਭਵਿੱਖ ਹੈ ਤੁਹਾਡੇ ਖਿਆਲ ਵਿੱਚ, ਕਿਸ ਕਿਸਮ ਦਾ ਪੰਜਾਬੀ ਬੋਲੀ ਦਾ? ਹਾਂ, ਬੋਲੀ ਦਾ ਇਹ ਹੈ ਕਿ ਹੁਣ ਜਿਹੜੇ ਗਾਣੇ ਚੀਪ ਲਿਖਦੇ ਨੇ ਲੋਕੀ, ਕੋਈ ਨਾ ਕੋਈ ਇਸ ਤਰ੍ਹਾਂ ਨਵਾਂ ਸ਼ਾਇਰ ਉੱਠੇਗਾ, ਜਾਂ ਨਵੇਂ ਗਾਉਣ ਵਾਲੇ ਉਹ ਸੋਚਣਗੇ ਵੀ ਇਹੋ ਜਿਹੇ ਗਾਣੇ ਨਹੀਂ ਗਾਉਣੇ ਚਾਹੀਦੇ। ਜਿਵੇਂ ਗੁਰਦਾਸ ਮਾਨ ਹੁਣ ਨਵਾਂ ਮੁੰਡਾ ਉੱਠਿਆ ਤੇ ਉਹਦੇ ਗਾਣੇ ਬੜੇ ਸਾਦੇ ਨੇ, ਜਿਵੇਂ ਪਾਕਿਸਤਾਨੀਆਂ ਹਿਸਾਬ ਹੈ, ਉਸੇ ਤਰ੍ਹਾਂ ਦੇ ਗਾਣੇ ਬੜੇ ਅੱਛੇ ਨੇ। ਇਸ ਤਰ੍ਹਾਂ ਦਾ ਇੱਕ ਅੱਧਾ ਹੋਰ ਸ਼ਾਇਰ ਉੱਠ ਗਿਆ ਤੇ ਇਹ ਲੁੱਚਰ ਗਾਣੇ ਬੰਦ ਹੋ ਜਾਣਗੇ, ਹੋਰ ਕੀ ਆ। ਮੈਂ ਸਮਝਦਾ ਸਾਨੂੰ ਕੁਛ ਇਹਨਾਂ ਤੋਂ ਪਰੇ ਰਹਿਣਾ ਚਾਹੀਦਾ। ਹੋਰ ਇਹ ਹੈ ਵੀ ਨਵੇਂ ਜਿਹੜਾ ਸ਼ਾਇਰ ਇਹੋ ਜਿਹਾ ਸਾਦੇ ਗਾਣਿਆਂ ਵਾਲੇ ਉੱਠੇ, ਉਹਦੀ ਉਧਰ ਹੌਸਲਾ ਅਫਜ਼ਾਈ ਲੋਕੀ ਕਰਨ ਤੇ ਫਿਰ ਮਾਹੌਲ ਚੇਂਜ ਹੋ ਸਕਦਾ। ਅੱਛਾ ਜੀ, ਉਹ ਦਿਨ ਆਵੇ, ਅਸੀਂ ਤਾਂ ਇਹ ਸੋਚਦੇ ਹਾਂ। ਅੱਛਾ, ਅਸੀਂ ਤੁਹਾਡੇ ਰਿਕਾਰਡ ਤੇ ਆਉਂਦੇ ਹਾਂ, ਜਿਹੜੀ ਤੁਸੀਂ ਸ਼ਾਇਰੀ, ਕਿੰਨੀ ਕੁ ਦੇਰ ਦੇ ਇਹ ਗੀਤ ਸੀਗੇ, ਇਹਦੇ ਵਿੱਚ ਕੀ ਚੀਜ਼ਾਂ ਆ? ਇਹ ਗੀਤ ਜੀ ਮੈਂ ਵੈਸੇ 15 ਸਾਲ ਤੋਂ ਜਦੋਂ ਆਇਆ ਉਦੋਂ ਦੇ ਲਿਖਣੇ ਸ਼ੁਰੂ ਕਰਦੇ। ਪਹਿਲਾ ਗੀਤ ਲਿਖਿਆ ਸੀ ਰਮਤਾ ਕੈਨੇਡਾ ਵਿੱਚ, ਹਾਂਜੀ, ਜਦੋਂ ਮੈਂ ਆਇਆ ਜੀ ਤੇ ਇੱਥੋਂ ਦੇ ਹਾਲਾਤ ਵੇਖੇ, ਤੇ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਉਹ ਲਿਖੇ ਤੇ ਜਿਸ ਤਰ੍ਹਾਂ ਫਿਰ ਲੋਕਾਂ ਯਾਰਾਂ ਦੋਸਤਾਂ ਨੇ, ਇਕਬਾਲ ਮਾਲ ਜਾਂ ਤੁਸੀਂ ਹੋ, ਸੋਚਿਆ ਵੀ ਹੁਣ ਬੁੱਢਾ ਹੋ ਗਿਆ, ਮਾਰੀ ਨਾ ਜਾਏ, ਤੇ ਆਖਰੀ ਗਾਣਾ ਮੈਂ ਮੌਤ ਤੇ ਵੀ ਲਿਖਿਆ। ਹਾਂਜੀ ਹਾਂਜੀ, ਉਹ ਜਿਹੜਾ ਰਮਤਾ ਰੱਬ ਕੋ, ਰਮਤਾ ਰੱਬ ਕੋ, ਬਹੁਤ ਅੱਛਾ। ਮੈਂ ਸਮਝਦਾ ਵੀ ਤੁਸੀਂ ਉਹਦੇ ਵਿੱਚ ਐਡੀਆਂ ਖਰਾਰੀਆਂ ਗੱਲਾਂ ਕਹੀਆਂ, ਹਾਂਜੀ, ਲੋਕਾਂ ਦਾ ਕੀ ਵਤੀਰਾ ਆ, ਮਰਨ ਲੱਗੇ ਕੀ ਕੀ ਸਲੂਕ ਬੰਦੇ ਨਾਲ ਹੁੰਦਾ ਆ, ਦੁਨੀਆਂ ਕਿੱਦਾਂ ਦੀ ਆ। ਹਾਂਜੀ, ਬਹੁਤ ਅੱਛੀ ਸ਼ਾਇਰੀ ਆ ਉਹਦੀ, ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਇਸ ਰਿਕਾਰਡ ਦੇ ਰਿਲੀਜ਼ ਹੋਣ ਤੇ, ਔਰ ਮੈਂ ਇਕਬਾਲ ਨੂੰ ਵੀ ਸ਼ੁਭ ਸ਼ਾਵਾਂ ਭੇਜਦਾ ਜਿਹਦੇ ਯਤਨ ਨਾਲ ਇਹ ਰਿਕਾਰਡ ਬਣਿਆ, ਤੇ ਅਸੀਂ ਹੁਣ ਆਪਣੇ ਦਰਸ਼ਕਾਂ ਨੂੰ ਤੁਹਾਡੇ ਇਹਨਾਂ ਗੀਤਾਂ ਵਿੱਚੋਂ ਇੱਕ ਦੋ ਗੀਤ ਸੁਣਾਵਾਂਗੇ। ਤੁਹਾਡਾ ਸਟੂਡੀਓ 'ਚ ਆਉਣ ਦਾ ਬਹੁਤ ਬਹੁਤ ਧੰਨਵਾਦ। ਤੁਹਾਡੀ ਮਿਹਰਬਾਨੀ। Thank you.